ਸਾਨੂੰ ਤਾਂ ਹਾਲੀ 90 ਤੋਂ ਲੈ ਕੇ 95% ਉਮੀਦ ਆ ਵੀ ਜਿਹੜਾ ਨਿਤੀਸ਼ ਕੁਮਾਰ ਜੀ ਆ ਉਹ ਰਾਹੁਲ ਨੂੰ ਵੀ ਕਹੀ ਜਾਣ ਡਏ ਆ ਵੀ ਮੈਂ ਤੇਰੇ ਨਾਲ ਰਲ ਕੇ ਸਰਕਾਰ ਬਣਾਵਾਂਗਾ। ਉੱਧਰ ਵੀ ਕਹੀ ਜਿੰਨਾ ਚਿਰ ਸਰਕਾਰ ਵਾਲੀ ਬਣਦੀ ਨਹੀਂ ਉਨ ਚਿਰ ਇਹ ਪਲਟੂ ਰਾਮ ਦਾ ਕੋਈ ਪਤਾ ਨਹੀਂ ਇਹਨੇ ਕਿੱਧਰ ਚੱਲ ਜਾਣਾ। ਇਹ ਰੈਲੀ ਬਿਲਕੁਲ ਸਰਕਾਰ ਬਣ 'ਤੇ ਹੀ ਪਤਾ ਲੱਗੂ ਵੀ ਕਾਂਗਰਸ ਦੀ ਬਣਦੀ ਜਾਂ ਭਾਜਪਾ ਦੀ ਬਣਦੀ ਆ। ਦੂਜੀ ਗੱਲ, ਸਾਨੂੰ ਸਰਕਾਰ ਬਣਾਉਣ ਦੇ ਨਾਲ ਕੋਈ ਇਹੋ ਜਿਹੀ ਭਾਵੇਂ ਕੋਈ ਸਰਕਾਰ ਬਣ ਜੇ, ਜਿਹੜੇ ਸਾਡੇ ਕਿਸਾਨੀ ਮੁੱਦੇ ਨੇ ਅਸੀਂ ਆਪਣੇ ਕਿਸਾਨੀ ਮੁੱਦੇ ਅੰਦੋਲਨ ਲੜ ਕੇ ਹੀ ਲੈਂਦੇ ਹਾਂ ਅਤੇ ਅੰਦੋਲਨ ਲੜ ਕੇ ਹੀ ਲੈਂਦੇ ਰਹਿਣਾ ਵਾ। ਇਹ ਸਾਡਾ ਅੰਦੋਲਨ ਉਸੇ ਤਰ੍ਹਾਂ ਜਾਰੀ ਰਹੂਗਾ ਜਿੰਨ ਚਿਰ ਭਾਵੇਂ ਕੋਈ ਸਰਕਾਰ ਵੀ ਆ ਗਈ। ਦੇਖੋ ਜੀ, ਜਿਹੜੀ ਆਪ ਨੇ ਗੱਲ ਕੀਤੀ ਕੰਗਣਾ ਰਣੌਤ ਬਾਰੇ, ਕੰਗਣਾ ਰਣੌਤ ਬਾਰੇ ਆਪ ਜੀ ਨੂੰ ਦੱਸ ਦਈਏ ਵੀ ਸਾਡਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਦਿੱਲੀ 13.5 ਮਹੀਨੇ, ਉਹਦੇ ਵਿੱਚ ਸਾਡੀਆਂ ਮਹਿਤਾਵਾਂ, ਸਾਡੀਆਂ ਚਾਚੀਆਂ ਤਾਈਆਂ ਉੱਥੇ ਸਾਡੇ ਨਾਲ ਕੰਧਾ ਮਿਲਾ ਕੇ ਅੰਦੋਲਨ ਵਿੱਚ ਸ਼ਾਮਿਲ ਹੋਈਆਂ ਸੀ। ਇਸੇ ਹੀ ਕੰਗਣਾ ਰਣੌਤ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਟਕੇ ਟਕੇ ਦੀਆਂ ਔਰਤਾਂ ਔਰ 100-100 ਰੁਪਏ ਦਿਹਾੜੀ ਦੇ ਆਈਆਂ ਹੋਈਆਂ ਵਾ, ਯਾਨੀ ਕਿ 100-100 ਦਿਹਾੜੀ ਦੇ ਆਉਣ ਵਾਲੀਆਂ ਸਾਡੀਆਂ ਮਹਿਤਾਵਾਂ, ਸਾਡੀਆਂ ਚਾਚੀਆਂ ਤਾਈਆਂ ਸੀ ਜਿਹੜੀਆਂ ਸਾਡੇ ਨਾਲ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਸਾਡੇ ਨਾਲ ਬੈਠੀਆਂ ਸੀਗੀਆਂ। ਅਤੇ ਕੰਗਣਾ ਰਣੌਤ ਨੇ ਜੇ ਉਹ ਮਾੜਾ ਕਿਹਾ ਤਾਂ ਕੱਲ੍ਹ ਪਰਸੋਂ ਦੀ ਗੱਲ ਆ ਵੀ ਉਹ ਇਹ ਮੋਹਾਲੀ ਏਅਰਪੋਰਟ 'ਤੇ ਕੰਗਣਾ ਰਣੌਤ ਜਦੋਂ ਆਈ ਅਤੇ ਕੁਲਵਿੰਦਰ ਕੌਰ ਨੇ ਉਹ ਸਿਕਿਉਰਿਟੀ ਪਰਪਨ ਨੂੰ ਮੁੱਖ ਰੱਖਦਿਆਂ ਹੋਇਆਂ ਉਹਨੂੰ ਕਿਹਾ ਵੀ ਆਪਣਾ ਬੈਗ ਚੈੱਕ ਕਰਾਓ, ਆਪਣਾ ਮੋਬਾਈਲ ਚੈੱਕ ਕਰਾਓ। ਉਹਨੇ ਮੋਬਾਈਲ ਚੈੱਕ ਕਰਾਉਣ ਤੋਂ ਬਗੈਰ ਉਹਨੇ ਕੌਰ ਦਾ ਜਦੋਂ ਨਾਂ ਸੁਣਿਆ ਉਹਨੇ ਕਹਿਤਾ ਇਹ ਕੌਰ ਜਿਹੜੀ ਹੈਗੀ ਆ ਇਹ ਖਾਲਿਸਤਾਨੀ ਨੂੰ ਸਪੋਰਟ ਕਰਦੀ ਆ। ਜਦੋਂ ਸਾਡੇ ਬੱਚੇ ਬਾਰਡਰਾਂ 'ਤੇ ਲੜਾਈਆਂ ਵਿੱਚ ਸ਼ਹੀਦ ਹੁੰਦੇ ਨੇ, ਸ਼ਹੀਦ ਹੋ ਕੇ ਝੰਡੇ ਤਿਰੰਗੇ ਵਿੱਚ ਲਿਪਟ ਕੇ ਸਾਡੇ ਘਰਾਂ 'ਚ ਆਉਂਦੇ ਆ, ਉਸ ਟਾਈਮ ਅਸੀਂ ਆਪਣਾ ਦੇਸ਼ ਦੇ ਆਜ਼ਾਦੀ ਦੇ ਵਿੱਚ ਸ਼ਹੀਦ ਹੁੰਦੇ ਹਾਂ ਅਤੇ ਜਦੋਂ ਕਿ ਅਸੀਂ ਆਪਣਾ ਹੱਕ ਮੰਗਦੇ ਹਾਂ ਸਾਨੂੰ ਖਾਲਿਸਤਾਨੀ ਕਹਿ ਕੇ ਦੱਸ ਦਿੰਦੇ ਨੇ। ਇਸੇ ਹੀ ਕੁਲਵਿੰਦਰ ਕੌਰ ਦੇ ਪਰਿਵਾਰ 'ਚੋਂ 6-7 ਜਣੇ ਆਰਮੀ ਦੇ ਵਿੱਚ ਲੜਾਈਆਂ ਲੜ ਵੀ ਚ ਰਹੇ ਨੇ ਔਰ ਹੁਣ ਵੀ ਇਸ ਵੇਲੇ ਬਾਰਡਰਾਂ 'ਤੇ ਡਿਊਟੀ ਨਿਭਾ ਰਹੇ ਨੇ। ਆਪ ਜੀ ਦੇ ਚੈਨਲਾਂ ਦੇ ਮਾਧਿਅਮ ਰਾਹੀਂ ਪਤਾ ਲੱਗ ਹੀ ਰਿਹਾ ਵੀ ਜਿੰਨੇ ਵੀ ਕਿਸਾਨ ਆਗੂ ਸਾਡੇ ਪ੍ਰਤੀਨਿਧ ਸਾਡੇ ਹੈਗੇ ਨੇ ਉਹ ਸਾਰੇ ਹੀ ਉਹ ਕੁਲਵਿੰਦਰ ਕੌਰ ਦੇ ਹੱਕ ਵਿੱਚ ਬੈਠੇ ਨੇ, ਉਹਦੇ ਘਰ ਜਾ ਕੇ ਉਹਦੇ ਮਾਤਾ ਪਿਤਾ ਨੂੰ ਵਧਾਈਆਂ ਦੇ ਰਹੇ ਨੇ ਔਰ ਉਸੇ ਤਰ੍ਹਾਂ ਹੀ ਸਾਡਾ ਇਹਦੇ ਭੈਣ ਦੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਅਸੀਂ ਬਰਕਰ ਖੜ੍ਹੇ ਰਵਾਂਗੇ ਜਿੰਨ ਚਿਰ ਉਹਨੂੰ ਇਨਸਾਫ ਨਹੀਂ ਮਿਲਦਾ। ਜੀ ਆਪਣੇ ਬਾਰੇ ਦੱਸ ਕੇ ਜੀ, ਕੱਲ੍ਹ ਭਾਜਪਾ ਜਿਹੜੀ ਸਰਕਾਰ ਬਣਾਉਣ ਜਾ ਰਹੀ ਆ, ਕੀ ਕਹਿਣਾ ਚਾਹੁੰਦੇ? ਸਰ, ਭਾਜਪਾ ਗੱਠਜੋੜ ਨਾਲ ਸਰਕਾਰ ਬਣਾ ਰਹੇ ਨੇ। ਵੇਖੋ, ਕਦੀ ਤਾਂ ਨਿਤੀਸ਼ ਕੁਮਾਰ ਜੀ ਉੱਧਰ ਹੋ ਜਾਂਦੇ ਨੇ, ਕਦੀ ਉੱਧਰ ਹੋ ਜਾਂਦੇ ਨੇ, ਬਾਕੀ ਅੱਗੇ ਵੀ ਇਹਨਾਂ ਦਾ ਬਿਹਾਰ ਦੇ ਵਿੱਚ ਪਹਿਲਾਂ ਗੱਠਜੋੜ ਦੀ ਸਰਕਾਰ ਰਹੀ, ਉਹ ਅੱਧ 'ਚ ਜਾ ਕੇ ਟੁੱਟ ਗਈ ਸੀ। ਹੁਣ ਵੀ ਇਹਨਾਂ ਦਾ ਮਤਲਬ ਕੋਈ ਹੈ ਨਹੀਂ ਆ ਵੀ ਯਕੀਨ ਵੀ ਇਹ ਸਰਕਾਰ ਚੱਲੇਗੀ ਜਾਂ ਸਾਲ ਚੱਲੇਗੀ ਜਾਂ 2 ਸਾਲ ਚੱਲੇਗੀ। ਗੱਠਜੋੜ ਨਾਲ ਸਰਕਾਰ ਕਦੀ ਚੱਲਦੀ ਨਹੀਂ ਹੁੰਦੀ। ਜਿਸ ਤਰ੍ਹਾਂ ਕਹੇ ਭਾਜਪਾ ਨੂੰ ਕਿਹਾ ਕਿ 400-500 ਦਾ ਨਾਰਾ ਲੱਗਦਾ ਨਹੀਂ ਯਾਰ ਕਿ 400-500 ਟੱਪਿਆ ਗਿਆ? ਸਰ, ਧਰਮ ਦੇ ਮੁੱਦੇ 'ਤੇ ਲੜਨਾ ਚਾਹੁੰਦੇ ਸੀਗੇ ਪਰ ਇਹਨਾਂ ਨੇ ਅਯੋਧਿਆ ਦੇ ਵਿੱਚੋਂ ਵੀ ਇਹਨਾਂ ਦੇ ਕੈਂਡੀਡੇਟ ਹਾਰ ਗਏ ਨੇ। ਇਹਨਾਂ ਨੇ ਜਿਹੜੀ ਮੁੱਦੇ 'ਤੇ ਸਰਕਾਰ ਬਣਾਉਣ ਲੱਗੇ ਸੀ ਇਹਨਾਂ ਕੋਲ 300 ਸੀਟ ਵੀ ਨਹੀਂ ਨਿਕਲੀ। ਉਹ ਲੋਕ ਅੱਜ ਕੱਲ੍ਹ ਵੋਟਰ ਬਹੁਤ ਸਿਆਣੇ ਆ ਜੀ। ਇਸ ਤਰ੍ਹਾਂ ਲੱਗਦਾ ਕਿ ਅੱਗੇ ਵੀ ਜਦੋਂ ਕੇਂਦਰ ਸੱਤਾ ਸਰਕਾਰ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਉਸ ਕੇਂਦਰ ਸਰਕਾਰ ਦੇ ਖਿਲਾਫ਼ ਕੀਤਾ ਗਿਆ ਸੀ, ਹੁਣ ਫਿਰ ਉਹੀ ਸਰਕਾਰ ਜਿਹੜੀ ਫਿਰ ਕਾਬਜ਼ ਹੋਣ ਜਾ ਰਹੀ, ਕੀ ਲੱਗਦਾ ਕਿਸਾਨਾਂ? ਸਰ, ਕਿਸਾਨਾਂ ਨੂੰ ਤਾਂ ਹੱਕ ਲੜ ਕੇ ਲੈਣਾ ਪੈਣਾ ਜੀ। ਪਿਛਲੀ ਵਾਰ 1 ਸਾਲ ਧਰਨਾ ਚੱਲਿਆ ਸੀ, ਹੁਣ ਵੀ ਚੱਲੂਗਾ, ਚਾਹੇ 1.5 ਸਾਲ ਚੱਲੇ ਚਾਹੇ 2 ਚੱਲੇ, ਕਿਸਾਨਾਂ ਨੇ ਤਾਂ ਆਪਣਾ ਹੱਕ ਲੜ ਕੇ ਹੀ ਲੈਣਾ ਜੀ।